ਮਾਂ ਪਿਓ ਦੇ ਲਾਡਲਾ ਵਾਰਿਸ ਦੁਬਈ ਗਿਆ, ਮੁੰਡੇ ਦੇ ਕਤਲ ਕੀਤਾ, ਕਤਲ ਮਗਰੋਂ ਗੱਭਰੂ ਜਵਾਨ ਪੁੱਤ ਨੇ ਪਰਿਵਾਰ ਨੇ ਕੀਤਾ ਅੰਤਿਮ ਸੰਸਕਾਰ, ਦੇਖੋ ਘਰ ਦਾ ਹੋਇਆ ਰੋ ਰੋ ਬੁਰਾ ਹਾਲ। ਵਜਾ ਨਾਲ ਹੀ ਉੱਥੇ ਦੀ ਮੌਤ ਹੋ ਗਈ ਸੀ ਤੇ ਹੁਣ ਤੁਸੀਂ ਡੈਡ ਬੋਡੀ ਨਾਲ ਲੈ ਕੇ ਹਾਂਜੀ ਨਾਲ ਲੈ ਕੇ ਜੀ ਤੇ ਕੀ ਸਰਕਾਰ ਨੇ ਉੱਥੇ ਦਿਨ ਕੀ ਕਾਰਵਾਈ ਕੀਤੀ ਉਹ ਕਹਿੰਦੇ ਵੀ ਕਾਨੂੰਨੀ ਕਾਰਵਾਈ ਕਰਾਂਗੇ ਜੀ ਕੋਈ ਅਰੈਸਟ ਵੀ ਹਾਂਜੀ ਦੋ ਬੰਦੇ ਅਰੈਸਟ ਕੀਤੇ ਜੀ ਪਾਕਿਸਤਾਨੀ ਪਠਾਨ ਨੇ ਤੇ ਕੀ ਉਮੀਦ ਹੈ ਵੀ ਤੁਹਾਨੂੰ ਸਰਕਾਰ ਉੱਥੇ ਦੇ ਇਨਸਾਫ ਹਾਂਜੀ ਹਾਂ ਬਿਲਕੁਲ ਮਿਲੂਗਾ ਜੀ ਤੇ ਹੋਰ ਉੱਥੋਂ ਦੀ ਸਰਕਾਰ ਤੋਂ ਕੀ ਮੰਗ ਕਰਦੇ ਹੋ ਮੰਗ ਵੀ ਜਲਦੀ ਜਲਦੀ ਕਾਰਵਾਈ ਕੀਤੀ ਉਹਨਾਂ ਦੇ ਜਿਹੜੇ ਪੈਂਦੇ ਪੀਡੀਏ ਦੀ ਮ੍ਰਿਤਕ ਦੇ ਪਹੁੰਚਣ ਦੇ ਵਿੱਚ ਤੇ ਪੀਡੀਏ ਵਾਪੇ ਏਜੰਟ ਕੀ ਨੇ ਮਦਦ ਕੀਤੀ ਕੰਪਨੀ ਨੇ ਜਾਂ ਕੋਈ ਦਿੱਕਤ ਹੋਈ ਦੇਖੋ ਕਾਫੀ ਬੰਦੇ ਨਾਲ ਮਦਦ ਕੀਤੀ ਵੀ ਕਾਫੀ ਬੰਦੇ ਨਾਲ ਕੀ ਨਾਲ ਲੈਂਦਾ ਮੈਂ ਕਾਫੀ ਬੰਦੇ ਉੱਥੇ ਦੇ ਇੱਕ ਗੁਰਦੁਆਰੇ ਦਾ ਪ੍ਰਧਾਨ ਆ ਬੰਦਾ ਸਤ ਖਾਲਸਾ ਦਾ ਹਾਂਜੀ ਸਰਕਾਰ ਦਾ ਸਹਿਯੋਗ ਬਲਦੀਪ ਇੱਕ ਆਪਣੇ ਇੱਥੋਂ ਸੀਗਾ ਬਰਾਈ ਬੂਆ ਐਸਪੀ ਸਿੰਘ ਜੀ ਭਾਰਤ ਸਰਕਾਰ ਤੇ ਕੈਨੇਡਾ ਸਰਕਾਰ ਦਾ ਸਹਿਯੋਗ ਕਿਵੇਂ ਰਿਹਾ ਦੁਬਈ ਸਰਕਾਰ ਦੁਬਈ ਦਾ ਬਹੁਤ ਰਿਹਾ ਜੀ ਤੇ ਭਾਰਤ ਦੇ ਬਹੁਤ ਰਿਹਾ ਤੇ ਪਿੰਡੋਂ ਵੀ ਇਹਨਾਂ ਨੇ ਤਾਂ ਅੰਗਰੇਜ਼ ਬੰਦੇ ਨੇ ਬਹੁਤ ਮੈਸੇਜ ਕੀਤੇ ਉੱਥੇ ਜੀ ਇਹ ਜੀ ਆਪਣੇ ਮੇਰਾ ਕਜ਼ਨ ਸੀਗਾ ਜੀ ਮਨਜੋਤ ਸਿੰਘ ਦੁਬਈ ਗਿਆ ਸੀ ਰੋਜ਼ੀ ਰੋਟੀ ਲਈ ਉੱਥੇ 18 ਤਰੀਕ ਨੂੰ ਬਕਰੀਦ ਵਾਲੇ ਦਿਨ ਉਸ ਪਾਕਿਸਤਾਨੀ ਮੁੰਡਿਆਂ ਨੇ ਇੱਥੇ ਕਾਤਲਾਨਾ ਹਮਲਾ ਕਰ ਦਿੱਤਾ ਅਤੇ ਸੁਰੇ ਮਾਰ ਕੇ ਇਹਦੀ ਹੱਤਿਆ ਕਰ ਦਿੱਤੀ ਜੀ ਅਤੇ ਇਹਦੀ ਮ੍ਰਿਤਕ ਦੇ ਕਦੋਂ ਪਹੁੰਚੀ ਹੈ ਅਤੇ ਕਿਵੇਂ ਪਹੁੰਚੀ ਹੈ ਮ੍ਰਿਤਕ ਦੇ ਅਸੀਂ ਡਾਕਟਰ ਅਮਰ ਸਿੰਘ ਜੀ ਦੇ ਯਤਨਾਂ ਸਦਕਾ ਅਤੇ ਕੱਲ੍ਹ ਅੰਮ੍ਰਿਤਸਰ ਏਅਰਪੋਰਟ 'ਤੇ ਸਾਨੂੰ ਰਿਸੀਵ ਹੋਈ ਹੈ ਜੀ ਅੱਜ ਇਹਦਾ ਹੁਣ ਅਸੀਂ ਸੰਸਕਾਰ ਕਰਨ ਲੱਗੇ ਹਾਂ ਜੀ ਉੱਥੇ ਕੋਈ ਦੋਸ਼ੀਆਂ ਦੀ ਕਾਰਵਾਈ ਹੋਈ ਹੈ ਉੱਥੇ ਕਹਿ ਤਾਂ ਰਹੇ ਨੇ ਜੀ ਵੀ ਕਰ ਰਹੇ ਹਾਂ ਗ੍ਰਿਫਤਾਰ ਵੀ ਕੀਤੇ ਆ ਦੋ ਬੰਦੇ ਹਜੇ ਕੋਈ ਉਹਦਾ ਪੱਕਾ ਨਹੀਂ ਹੈਗਾ ਅਸੀਂ ਸਰਕਾਰ ਤੋਂ ਵੀ ਇਹੀ ਮੰਗ ਕਰਦੇ ਹਾਂ ਵੀ ਇਹ ਗਰੀਬ ਪਰਿਵਾਰ ਦਾ ਨੌਜਵਾਨ ਸੀ ਰੋਜ਼ੀ ਰੋਟੀ ਲਈ ਗਿਆ ਸੀ ਜਿਹੜੇ ਵੀ ਉੱਥੇ ਕੋਈ ਕਿਸੇ ਨੇ ਵੀ ਇਹ ਜਿਹੜਾ ਘਿਨਾਉਣਾ ਕਾਰ ਕੀਤਾ ਕਾਰਾ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਅਤੇ ਪਰਿਵਾਰ ਦੀ ਜਿਹੜੀ ਆਰਥਿਕ ਮਦਦ ਆ ਉਹ ਸਰਕਾਰ ਕਰੇ ਕਿਉਂਕਿ ਇਕੱਲਾ ਇਕਲੌਤਾ ਪੁੱਤਰ ਸੀ ਉਹ ਉਹੀ ਇਸ ਤਰ੍ਹਾਂ ਜਿਹੜਾ ਕਤਲ ਹੋ ਗਿਆ
ਇਸ ਲਈ ਅਸੀਂ ਸਰਕਾਰ ਤੋਂ ਫਿਰ ਮੰਗ ਕਰਦੇ ਹਾਂ ਵੀ ਇਹਨਾਂ ਦੀ ਆਰਥਿਕ ਮਦਦ ਕੀਤੀ ਜਾਵੇ ਤਾਂ ਜੋ ਇਹਨਾਂ ਦਾ ਜਿਹੜਾ ਬੁਢਾਪਾ ਉਹ ਸੌਖਾ ਗੁਜ਼ਰੇ। ਸਰ ਪਰਿਵਾਰ ਦੇ ਵਿੱਚ ਕੋਈ ਨਹੀਂ, ਜੋ ਇਕੱਲਾ ਹੀ ਸੀਗਾ ਅਤੇ ਭੈਣ ਆ ਇੱਕ ਵਿਆਹੀ ਹੋਈ ਆ, ਜਾਂ ਇਹਦੇ ਮਾਈ ਬਾਪ ਨੇ ਉਹ ਮਾੜਾ ਮੋਟਾ ਨਰੇਗਾ ਦੀ ਮਜ਼ਦੂਰੀ ਕਰਦੇ ਆ, ਪਰ ਕੁਛ ਨਹੀਂ, ਹਾਲਾਤ ਪਰਿਵਾਰ ਦੇ ਖਰਾਬ ਹੀ ਨੇ ਜੀ। ਅਤੇ ਬੱਚੇ ਦੀ ਬਾਹਰ ਜੀ ਡੁਬਈ ਦੇ ਵਿੱਚ ਮੌਤ ਹੋ ਗਈ, ਇਹਦਾ ਕਤਲ ਕੀਤਾ ਗਿਆ, ਇਹਦੇ ਕਿਰਚਾਂ ਮਾਰੀਆਂ ਦਿਲ ਦੇ ਵਿੱਚ ਮੁੰਡੇ ਮੁੰਡੇ ਕੋਈ ਉੱਧਰ ਲਈ ਦੱਸਦਿਆ ਪਾਕਿਸਤਾਨੀ ਵੀ ਉਹ ਉਹਨਾਂ ਨੇ ਇਹਨੂੰ ਸੱਦ ਕੇ ਮਾਰਿਆ ਹੈਗਾ, ਅਤੇ ਇੱਕ ਮੁੰਡਾ ਫਟੜਾ ਨਾਲ ਦਾ, ਬਹੁਤ ਗਰੀਬ ਪਰਿਵਾਰ ਸੀ, 21 ਸਾਲ ਦੀ ਉਮਰ ਸੀ ਸਾਰੀ, ਅਤੇ ਇਹ ਦਿਲਬਾਗ ਸਿੰਘ ਦਾ ਬੇਟਾ, ਗਰੀਬ ਪਰਿਵਾਰ ਆ ਬਹੁਤ, ਇਹਨਾਂ ਦੀ ਮਦਦ ਚਾਹੀਦੀ ਆ ਜੀ ਸਰਕਾਰ ਨੂੰ। ਇਹਨੂੰ ਇੱਕ ਸਾਲ ਹੋ ਗਿਆ ਇਹਨੂੰ, ਹੁਣ ਅਸੀਂ ਮੰਗ ਕਰਦੇ ਹਾਂ ਵੀ ਇਹ ਗਰੀਬ ਪਰਿਵਾਰ ਆ, ਇਹਨਾਂ ਦੀ ਮਦਦ ਹੋਣੀ ਚਾਹੀਦੀ ਹੈ ਸਰਕਾਰ ਵੱਲੋਂ ਜੀ। ਹਾਂਜੀ ਪਹੁੰਚ ਕਰਾਂਗੇ ਅਸੀਂ, ਡਾਕਟਰ ਅਮਰ ਸਿੰਘ ਜੀ ਸਾਡੀ ਮਦਦ ਕਰ ਰਹੇ ਨੇ ਜੀ ਬਹੁਤ, ਸਰਕਾਰ ਵੱਲ ਅਸੀਂ ਪੰਜਾਬ ਸਰਕਾਰ ਵੱਲ ਵੀ ਜਾਵਾਂਗੇ। ਉਹਨਾਂ ਡਾਕਟਰ ਅਮਰ ਸਿੰਘ ਜੀ ਨੇ ਕੀਤੀ ਆ ਜੀ ਮਦਦ ਕਰੀ, ਸਾਡੇ ਮੈਂਬਰ ਪਾਰਲੀਮੈਂਟ ਨੇ ਫਤਿਹਗੜ੍ਹ ਸਾਹਿਬ ਤੋਂ, ਅਤੇ ਸਾਡੇ ਹਲਕਾ ਇੰਚਾਰਜ ਨੇ ਕਮਲ ਅਮਰ ਸਿੰਘ, ਇਹਨਾਂ ਨੇ ਕੀਤੀ ਆ ਜੀ। ਇਹ ਘਟਨਾ ਵਾਪਰੀ ਆ ਜੀ, ਇਹ 18 ਤਰੀਕ ਦੀ ਘਟਨਾ ਵਾਪਰੀ ਹੋਈ ਆ, 22 ਤਰੀਕ ਨੂੰ ਸਾਨੂੰ ਪਤਾ ਲੱਗਿਆ ਇਹ ਵੀ ਲੜਾਈ ਹੋਈ ਆ ਉੱਥੋਂ, ਇਹਨੂੰ ਕੋਈ ਠਾਲ ਕੇ ਲੈ ਕੇ ਗਏ ਨੇ ਬੰਦੇ, ਫਿਰ ਅਸੀਂ ਉਹਦਾ ਜਦੋਂ ਪਤਾ ਕੀਤਾ ਉਹ ਕਹਿੰਦੇ ਵੀ ਨਹੀਂ, ਇਹ ਬੰਦੇ ਦਾ ਉੱਥੇ ਕਤਲ ਕੀਤਾ ਗਿਆ, ਜਿਹੜੇ ਬੰਦੇ ਲੈ ਕੇ ਗਏ ਨੇ ਠਾਲ ਕੇ, ਅਤੇ ਇਹਦਾ ਕਤਲ ਕਰਿਆ ਗਿਆ ਉੱਥੇ। ਅਸੀਂ ਇਹ ਡੈੱਡ ਬੋਡੀ ਕਿਵੇਂ ਲਿਆਂਦੀ ਗਈ ਆ? ਡੈੱਡ ਬੋਡੀ ਅਸੀਂ ਡਾਕਟਰ ਸਾਹਿਬ ਸਾਡੇ ਜੋ MP ਨੇ ਉਹਨਾਂ ਨੂੰ ਅਸੀਂ ਅਪਰੋਚ ਕਰੀ, ਸਾਰਾ ਕੁਛ ਉਹਨਾਂ ਨੂੰ ਦੱਸਿਆ ਵੀ ਇੱਦਾਂ ਕਰਕੇ ਗਰੀਬ ਪਰਿਵਾਰ ਆ ਵੀ ਸਾਡੀ ਮਦਦ ਕਰੀ ਜਾਵੇ। ਉਹਨਾਂ ਨੇ ਸਾਰਾ ਵੀ ਜੋ ਕੁਛ ਆ ਉਹਨਾਂ ਨੇ ਵਿਦੇਸ਼ ਵਾਲੀ ਮੈਸੀ ਦੇ ਵਿੱਚੋਂ ਉੱਧਰ ਮੈਸੀ ਦੇ ਨਾਲ ਸੰਪਰਕ ਕਰਕੇ ਤਾਂ ਸਾਨੂੰ ਇਹ ਡੈੱਡ ਬੋਡੀ ਦਵਾਈ। ਅੰਮ੍ਰਿਤਸਰ ਉਤਰੀ ਸੀਗੀ ਜੀ ਕੱਲ੍ਹ, ਰਾਤ ਅਸੀਂ ਆਇਆ 9 ਵਜੇ ਲੈ ਕੇ ਜੀ ਰਾਤ। ਸਰਕਾਰ ਤੋਂ ਇਹ ਮੰਗ ਕਰਦੇ ਵੀ ਗਰੀਬ ਪਰਿਵਾਰ ਆ ਜੀ, ਇਹਨਾਂ ਦੀ ਸਹਾਇਤਾ ਕਰੀ ਜਾਵੇ, ਕੁਝ ਦਿੱਤਾ ਜਾਵੇ, ਗਰੀਬ ਬੰਦੇ ਨੇ। ਹਾਂ ਹਾਂ ਅਸੀਂ ਦੁਬਈ ਕੋਲ ਉਹਨਾਂ ਤੋਂ ਅਸੀਂ ਕੇਸ ਕਰਕੇ ਅਸੀਂ ਕਹਿੰਦੇ ਵੀ ਇਹਨਾਂ ਦੇ ਜਿਹੜੇ ਬੰਦੇ ਦੋਸ਼ੀ ਨੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ, ਸਾਡੀ ਇਹ ਮੰਗ ਆ। ਜਿੱਥੇ ਕੰਮ ਕਰਦਾ ਸੀ ਜਾਂ ਸਰਕਾਰ ਨੇ ਉੱਥੋਂ ਦੀ ਕੋਈ ਮੁਆਵਜ਼ਾ ਵਗੈਰਾ ਜਾਂ ਨਹੀਂ? ਹਜੇ ਕੋਈ ਨਹੀਂ, ਕੁਛ ਨਹੀਂ ਦਿੱਤਾ ਜੀ ਉਹਨਾਂ ਨੇ, ਬਸ ਕਿਹਾ ਡੈੱਡ ਬੋਡੀ ਭੇਜੀ ਆ ਤੇ ਉਹਨਾਂ ਟਿਕਟ ਲੈ ਕੇ ਦਿੱਤੀ ਆ, ਹੋਰ ਕੋਈ ਮਾਲੀ। ਤਹਿਲਕਾ ਨਿਊਜ਼, ਜੇਕਰ ਸੱਚ ਲਿਖਣਾ, ਸੱਚ ਬੋਲਣਾ ਬਗਾਵਤ ਹੈ ਤਾਂ ਸਮਝੋ ਤਹਿਲਕਾ ਨਿਊਜ਼ ਬਾਗੀ ਹੈ। ਆਵਾਜ਼ ਸਰਕਾਰ ਤੱਕ ਪਹੁੰਚਾਉਣ ਲਈ ਤਹਿਲਕਾ ਨਿਊਜ਼ ਹਰ ਟਾਈਮ ਹਰ ਵਕਤ ਤੁਹਾਡੇ ਨਾਲ ਹੈ। ਜੇਕਰ ਸਰਕਾਰਾਂ ਕਰ ਰਹੀਆਂ ਨੇ ਕਿਸਾਨਾਂ ਨਾਲ ਧੱਕਾ, ਨਹੀਂ ਸੁਣੀ ਜਾ ਰਹੀ ਗਰੀਬਾਂ ਦੀ ਗੱਲ, ਪੰਜਾਬ ਦਾ ਇੱਕ ਬੇਧੜਕ ਨਿਰਧੜਕ ਤਹਿਲਕਾ ਨਿਊਜ਼ ਹਰ ਵਕਤ ਹਰ ਟਾਈਮ ਹਰ ਪਲ ਤੁਹਾਡੇ ਨਾਲ ਹੈ। ਜੇਕਰ ਕਿਸੇ ਨਾਲ ਹੋ ਰਹੀ ਹੈ ਬੇਇਨਸਾਫੀ, ਪ੍ਰਸ਼ਾਸਨ ਨਹੀਂ ਦੇ ਰਿਹਾ ਜਨਤਾ ਨੂੰ ਸਹੀ ਹੱਕ, ਤੁਹਾਡੀ ਆਵਾਜ਼ ਚੱਕਣ ਲਈ ਤੇ ਤੁਹਾਡੀ ਮਦਦ ਕਰਨ ਲਈ ਤਹਿਲਕਾ ਨਿਊਜ਼ ਹਰ ਟਾਈਮ ਹਰ ਵਕਤ ਤੁਹਾਡੇ ਨਾਲ। ਜੇਕਰ ਜਨਤਾ ਨਾਲ ਹੋ ਰਿਹਾ ਧੱਕਾ, ਰਾਜਨੀਤਿਕ ਨੇਤਾ ਜਾਂ ਸ਼ਰਾਰਤੀ ਆਂਸਰ ਜਨਤਾ ਨੂੰ ਕਰ ਰਹੇ ਨੇ ਪਰੇਸ਼ਾਨ, ਤੁਹਾਡੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਤਹਿਲਕਾ ਨਿਊਜ਼ ਹਰ ਵਕਤ ਹਰ ਟਾਈਮ ਤੁਹਾਡੇ ਨਾਲ ਹੈ।